ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਮਜਬੂਰੀ ਤੇ ਬੇਵਸੀ ਚਾਉਂਦੇ ਹੋਏ ਘੜੇ 'ਚੋਂ ਪਾਣੀ ਦਾ ਵਗਣਾ ਘੜੇ ਦੀ ਬੇਵਸੀ ਹੁੰਦੀ ਹੈ ਬੇਵਸ ਵਿਅਕਤੀ ਤੋਂ ਸਾਨੂੰ ਜ਼ਿੰਦਗੀ ਦੇ ਕਮਜ਼ੋਰ ਪਰ ਲਾਜ਼ਮੀ ਪੱਖਾਂ ਦਾ ਗਿਆਨ ਮਿਲਦਾ ਹੈ ਮਨੁੱਖ ਦੀਆਂ ਮਜਬੂਰੀਆਂ ਉਹਨੂੰ ਇਸ ਸੰਸਾਰ ਬਾਰੇ ਤੇ ਸੰਸਾਰ 'ਚ ਆਪਣੀ ਹੋਣ ਤੇ ਹਸਤੀ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ ਇਸੇ ਕਰਕੇ ਅਸੀਂ ਦੁੱਖ ਦੇਣ ਵਾਲੀਆਂ ਗੱਲਾਂ ਨੂੰ ਉੱਚੇ ਚੇ ਧਿਆਨ ਨਾਲ ਸੁਣਾਉਂਦੇ ਤੇ ਸੁਣਦੇ ਆਂ ਅਸੀਂ ਪਰਸੰਨਤਾ ਵਾਲੇ ਸਮੇਂ ਨੂੰ ਲਾਪਰਵਾਹੀ ਨਾਲ ਲੰਘਾ ਦਿੰਨੇ ਆਂ ਜਦ ਕਿ ਮਜਬੂਰੀ ਜਾਂ ਬੇਵਸੀ ਵਾਲੀ ਹਰ ਕੜੀ ਨੂੰ ਕਈ ਵਾਰ ਗਿਣਦੇ ਆਂ ਤੇ ਯਾਦ ਕਰਕੇ ਨੇਕਾਂ ਵਾਰ ਦੁਖੀ ਹੁੰਨੇ ਆਂ ਬੇਵਸੀ ਦੀ ਹਾਲਤ ਵਿੱਚ ਸਭ ਤੋਂ ਪਹਿਲਾਂ ਸਾਡੀ ਸੁਤੰਤਰਤਾ ਮੁੱਕਦੀ ਹੈ ਤੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋ ਜਾਣ ਕਰ ਸਾਨੂੰ ਉਹ ਕੁਝ ਵੀ ਦਿਸਣ ਲੱਗ ਪੈਂਦਾ ਜੋ ਪਹਿਲਾਂ ਨਹੀਂ ਦਿਸਿਆ ਹੁੰਦਾ ਮਜਬੂਰੀ ਬੇਵਸੀ ਜਾਂ ਮੁਥਾਜੀ ਸਾਡੀ ਜ਼ਿੰਦਗੀ ਨੂੰ ਲੀਹ ਤੋਂ ਲਾ ਦਿੰਦੀ ਹੈ ਜਿਸ ਕਾਰਨ ਆਲੇ ਦੁਆਲੇ ਤੇ ਭਵਿੱਖ ਬਾਰੇ ਰਿਸ਼ਤਿਆਂ ਤੇ ਆਪਣੇ ਆਪ ਬਾਰੇ ਸਾਡੀ ਸੋਝੀ ਬਦਲ ਜਾਂਦੀ ਹੈ ਸਾਡੇ ਦ੍ਰਿਸ਼ਟੀਕੋਣ ਤੇ ਵਿਹਾਰ ਚ ਬੁਨਿਆਦੀ ਤਬਦੀਲੀਆਂ ਆਪਰਦੀਆਂ ਗੋਡਿਆਂ ਦੇ ਦੁੱਖ ਨਾਲ ਟੁਰਨ ਦੀ ਸਹੂਲਤ ਮੁੱਕ ਜਾਂਦੀ ਹੈ ਦਿਲ ਦਾ ਦौरा ਪੈਣ ਨਾਲ ਭਵਿੱਖ ਸੁੰਗੜ ਜਾਂਦਾ ਹੈ ਇਕਲੌਤੇ ਜਵਾਨ ਪੁੱਤਰ ਦੀ ਮੌਤ ਵਰਗਾ ਵੱਡਾ ਘਾਟਾ ਪੈਣ ਨਾਲ ਜੀਵਨ ਚ ਦਿਲਚਸਪੀ ਜਾਂਦੀ ਰਹਿੰਦੀ ਹੈ ਮਤਲੀ ਨਾਲ ਕਿਸੇ ਨੂੰ ਮਿਲਣ ਲਈ ਮਾਨੀ ਨਹੀਂ ਕਰਦਾ ਅਦਰੰਗ ਕਾਰਨ ਤਾਂ ਗੁਸਲਖਾਨਾ ਵੀ ਵਿਦੇਸ਼ ਵਰਤਿਤ ਹੁੰਦਾ ਹੈ ਬੇਵਸੀ ਚ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਆਪਣਾ ਕੇਵਲ ਸਰੀਰ ਹੀ ਹੈ ਤੇ ਸੰਸਾਰ ਦੀ ਹਰ ਚੀਜ਼ ਦੇ ਅਰਥ ਸਾਡੇ ਸਰੀਰ ਦੀ ਹਾਲਤ ਨਾਲ ਜੁੜੇ ਹੁੰਦੇ ਹਨ ਅਜੋਕੇ ਸੰਸਾਰ ਚ ਕੇਵਲ ਤੰਦਰੁਸਤ ਬੰਦਾ ਹੀ ਰਹਿ ਸਕਦਾ ਹੈ ਸਰੀਰ ਚ ਨੁਕਸ ਪੈਂਦੀ ਹੈ ਕਿਸੇ ਉੱਤੇ ਨਿਰਭਰਤਾ ਕਾਰਨ ਸਾਡਾ ਮੁੱਲ ਘਟ ਜਾਂਦਾ ਹੈ ਤੇ ਅਸੀਂ ਜ਼ਿੰਦਗੀ ਦੀ ਅਤੀ ਛੁੱਟੀ ਉਪਰੰਤ ਪੂਰੀ ਛੁੱਟੀ ਉਡੀਕਣ ਲੱਗ ਪੈਂਦੇ ਆ। ਸਰੀਰ 'ਚ ਨੁਕਸਪੈਣ ਜਾਂ ਕਿਸੇ ਰੋਗ ਨਾਲ ਬੇਵਸ ਵਿਅਕਤੀ ਅਣਜੀਵੀ ਜ਼ਿੰਦਗੀ ਬਾਰੇ ਚੁਰਨ ਲੱਗ ਪੈਂਦਾ ਹੈ। ਵਾਸਤਵ ਵਿੱਚ ਦੂਜਿਆਂ ਵੱਲੋਂ ਸਾਡਾ ਧਿਆਨ ਵੀ ਇਸ ਆਧਾਰ 'ਤੇ ਰੱਖਿਆ ਜਾਂਦਾ ਹੈ ਕਿ ਸਾਡੀ ਬਾਕੀ ਜ਼ਿੰਦਗੀ ਰਹਿੰਦੀ ਕਿੰਨੀ ਹੈ। ਜਿਨ੍ਹਾਂ ਨੇ ਕੁਝ ਨਵਾਂ ਨਹੀਂ ਕਰਨਾ ਹੁੰਦਾ ਤੇ ਕੀਤੇ ਨੂੰ ਹੀ ਦਹਰਾਣਾ ਹੁੰਦਾ ਹੈ ਉਹਨਾਂ ਦੇ ਇਲਾਜ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਨਿਰਬਲਤਾ ਵੱਧਦੀ ਹੈ ਤੇ ਮਨੁੱਖ ਨੂੰ ਆਪਣੇ ਬਾਧੂ ਫालतੂ ਅਧੂਰੇ ਹੋਣ ਦਾ ਐਸਾ ਸਤਾਉਂਦਾ ਹੈ ਸਭ ਕੁਝ ਹੋਵੇ ਪਰ ਜੇ ਜੀਵਨ ਦੀ ਉਮੰਗ ਹੀ ਨਾ ਹੋਵੇ ਤਾਂ ਵੱਡੇ ਵਸੀਲੇ ਤੇ ਉਪਰਾਲੇ ਵੀ ਕਿਸੇ ਲੇਖੇ ਨਹੀਂ ਲੱਗਦੇ ਨਿਰਬਲਤਾ ਨਾਲ ਸਾਡਾ ਸਰੀਰ ਬੇਰੰਗਾ ਹੋ ਜਾਂਦਾ ਕਿਉਂਕਿ ਟੁਰ ਸਕਣਾ ਤੇ ਘਰੋਂ ਬਾਹਰ ਜਾਣ ਦੀ ਯੋਗਤਾ ਬੜਾ ਵੱਡਾ ਵਰਦਾਨ ਹੁੰਦੀ ਹੈ ਟੁਰਨਾ ਸਾਡੇ ਸਰੀਰ ਤੇ ਤੰਦਰੁਸਤ ਹੋਣ ਦੀ ਪਹਿਲੀ ਸ਼ਰਤ ਹੁੰਦੀ ਹੈ। ਟੁਰਨਾ ਸਰੀਰਕ ਸੁਤੰਤਰਤਾ ਦਾ ਆਧਾਰ ਹੈ। ਟੁਰਨ ਨਾਲ ਹੀ ਸਾਡੇ ਆਲੇ-ਦੁਆਲੇ ਨਾਲ ਸੰਬੰਧ ਉਸਰਦੇ ਹਨ। ਜੀਵਨ ਦਾ ਆਧਾਰ ਹਵਾ ਤੇ ਦਰਿਆ ਨਿਰੰਤਰ ਟੁਰਦੇ ਰਹਿੰਦੇ ਹਨ। ਸਾਡੇ ਦਿਮਾਗ ਦਾ ਮੁੱਖ ਕਾਰਜ ਸਾਡੇ ਸਰੀਰ ਨੂੰ ਇਧਰੋਂ ਉਧਰ ਲੈ ਜਾਣਾ ਹੁੰਦਾ ਹੈ। ਜੇ ਮਨੁੱਖ ਟੁਰਨ ਯੋਗ ਨਾ ਰਹੇ ਤਾਂ ਉਸ ਲਈ ਕਿਸੇ ਵੀ ਯੋਗ ਜਾਂ ਪ੍ਰੋਗਰਾਮ ਦੇ ਕੋਈ ਅਰਥ ਨਹੀਂ ਰਹਿੰਦੇ। ਇੱਕ ਵਾਰੀ ਦਹਾਕਿਆਂ ਦੀ ਉਡੀਕ ਮਗਰੋਂ ਮਾਪੇ ਵਿਦੇਸ਼ ਰਹਿੰਦੇ ਆਪਣੇ ਪੁੱਤਰ ਕੋਲ ਜਾਣੀ ਵਾਲੇ ਸੀ ਕਿ ਉਡਾਨ ਤੋਂ 2 ਦਿਨ ਪਹਿਲਾਂ ਪਿਤਾ ਨੂੰ ਅਧਰੰਗ ਹੋ ਗਿਆ ਤੇ ਪਤੀ-ਪਤਨੀ ਦੋਵੇਂ ਆਪਣੇ ਘਰ 'ਚ ਕੈਦ ਹੋ ਗਏ ਈਵੇਂ ਉੱਡਣਾ ਤਾਂ ਕੀ ਤੁਰਨਾ ਵੀ ਸੰਭਵ ਨਾ ਰਿਹਾ ਮਜਬੂਰੀ ਆਮ ਕਰਕੇ ਵਸੀਲਿਆਂ ਤੇ ਅਵਸਰਾਂ ਦੀ ਘਾਟ ਚੋਂ ਪੁੱਜਦੀ ਐ ਜਿਵੇਂ ਦਾਖਲਾ ਮਿਲ ਜਾਂਦਾ ਪਰ ਫੀਸ ਭਰਉਣ ਦੀ ਰਕਮ ਨਹੀਂ ਹੁੰਦੀ ਘਰ ਵੇ ਆਉਣ ਵਾਲੀ ਧੀ ਬੈਠੀ ਹੁੰਦੀ ਐ ਪਰ ਦਾਜ ਜਟਾਉਣ ਦੀ ਹਿੰਮਤ ਨਹੀਂ ਹੁੰਦੀ ਫਸਲ ਸੋਕਰੀ ਹੁੰਦੀ ਹੈ ਪਰ ਮੀਂਹ ਨਹੀਂ ਪੈਂਦਾ ਬੇਵਸੀਕ ਸਮਾਜਿਕ ਵਰਤਾਰਾ ਹੁੰਦੀ ਹੈ ਵਿਧਵਾਪਣ ਬੇਰੋਜ਼ਗਾਰੀ ਨੀਵੀਂ ਜਾਤ ਮਤਲੀ ਸੇਵਾ ਮੁਕਤੀ ਤਲਾਕ ਆਮਦਨ ਦਾ ਨਿਸ਼ਚਿਤ ਨਾ ਹੋਣਾ ਕੈਦਾਦ ਬੇਵਸੀ ਦੇ ਰੂਪ ਹਨ ਮਾਂ ਨੂੰ ਕੁਟਰੇ ਪਿਤਾ ਸਾਹਮਣੇ ਬੱਚੇ ਦੀ ਬੇਵਸੀ ਬਿਆਨ ਨਹੀਂ ਕੀਤੀ ਜਾ ਸਕਦੀ ਬੇਵਸ ਵਿਅਕਤੀ ਕਿਸ਼ਤਾਂ ਚ ਮਰਦਾ ਹੈ ਤੇ ਆਪਣਾ ਮਾਤਮ ਆਪ ਹੀ ਕਰਦਾ ਹੈ ਮੁਥਾਜੀ ਇੱਕ ਸਰੀਰਕ ਵਰਤਾਰਾ ਹੈ ਜਦੋਂ ਮਨੁੱਖ ਆਪਣੀਆਂ ਬੁਨਿਆਦੀ ਲੋੜਾਂ ਤੇ ਕਿਰਿਆਵਾਂ ਲਈ ਦੂਜਿਆਂ ਤੇ ਨਿਰਭਰ ਹੋ ਜਾਂਦਾ ਹੈ ਗੰਭੀਰ ਹਾਦਸਾ ਬਿਛੋੜਾ ਦਿਲ ਦਾ ਦੌਰਾ ਕੈਂਸਰ ਆਦਿ ਮੁਥਾਜੀ ਦੇ ਵੱਖ-ਵੱਖ ਰੂਪ ਹਨ ਜਦੋਂ ਜੀਵਨ ਕੇਵਲ ਸਰੀਰ ਸੰਭਾਲਾ ਹੀ ਹੋ ਜਾਏ ਤਾਂ ਇਸ ਹਾਲਤ ਨੂੰ ਮਜਬੂਰੀ ਵੀ ਕਹਿੰਦੇ ਐ ਬੇਵਸੀ ਵੀ ਤੇ ਮੁਥਾਜੀ ਵੀ ਇਹਨਾਂ ਹਾਲਤਾਂ 'ਚ ਤੀਤ ਦਾ ਮਾਨ ਮੁੱਕ ਜਾਂਦਾ ਹੈ ਭਵਿੱਖ ਦੀ ਚਿੰਤਾ ਲੱਗ ਜਾਂਦੀ ਹੈ ਚੰਗੀ ਸਿਹਤ ਤੇ ਵਿਸ਼ਾਲ ਵਿਸੀਲਿਆਂ ਵਾਲੇ ਲੋਕ ਕਈ ਲੋਕ ਇਹ ਸਮਝਦੇ ਆ ਕਿ ਉਹ ਸਦਾ ਤੰਦਰੁਸਤ ਤੇ ਜਵਾਨ ਹੀ ਰਹਿਣਗੇ ਪਰ ਅਜਿਹੇ ਲੋਕ ਰੰਗਲੇ ਧੋਖਿਆਂ 'ਚ ਰਹ ਰਹੇ ਹੁੰਦੇ ਆ ਛਾਤੀ ਦਾ ਕੈਂਸਰ ਹੋਣ ਕਾਰਨ ਇਲਾਜ ਦੌਰਾਨ ਕਿਸਤਰੀ ਦੇ ਸਿਰ ਦੇ ਸਾਰੇ ਵਾਲ ਝੜ ਗਏ ਉਹਦੀ ਪਰੇਸ਼ਾਨੀ ਇਹ ਬਣ ਗਈ ਕਿ ਆਪਣੀਆਂ ਨਜ਼ਰਾਂ 'ਚ ਉਹਦੀ ਪਛਾਣ ਮੁੱਕ ਗਈ ਸੀ ਇੱਕ ਅਮੀਰ ਆਦਮੀ ਨੂੰ ਹਾਦਸੇ 'ਚ ਰੀੜ ਦੀ ਹੱਡੀ ਟੁੱਟੇ ਟੁੱਟਣ ਕਾਰਨ ਜਦੋਂ ਕਈ ਹਫ਼ਤੇ ਪਾਸਾ ਪਰ ਤਨ ਤੋਂ ਵੀ ਮਨਾਈ ਰਹੀ ਤਾਂ ਉਹਦਾ ਜਾਇਦਾਦ ਤੇ ਅਮੀਰੀ ਦਾ ਕਮੰਡ ਜਾਂਦਾ ਰਿਹਾ ਹਿੱਲਣਾ ਝੁਲਣਾ ਸਾਹ ਲੈਣ ਵਾਂਗ ਹੀ ਜ਼ਰੂਰੀ ਹੁੰਦਾ ਹੈ ਹੱਡੀਆਂ ਦੇ ਇੱਕ ਡਾਕਟਰ ਦਾ ਜਦੋਂ ਆਪਣਾ ਝੂਲਾ ਟੁੱਟ ਗਿਆ ਤਾਂ ਉਹਨੂੰ ਸਮਝ ਆਇਆ ਕਿ ਮਰੀਜ਼ ਹੋਣ ਤੇ ਡਾਕਟਰ ਹੋਣ ਦਾ ਕੀ ਅੰਤਰ ਹੁੰਦਾ ਹੈ ਇਹ ਸਮਝ ਕਾਰਨ ਉਸ ਤੋਂ ਮਰੀਜ਼ਾਂ ਦਾ ਇਲਾਜ ਕਰਨ ਦਾ ਢੰਗ ਹੀ ਬਦਲ ਗਿਆ ਮਜਬੂਰੀ ਜਬ ਬੇਵਸੀ ਦੌਰਾਨ ਕੁਝ ਵੀ ਮਹੱਤਵਪੂਰਨ ਨਹੀਂ ਲੱਗਦਾ ਆਪਣਾ ਆਪ ਤੇ ਆਲਾ ਦੁਆਲਾ ਖਾਲੀ ਖਾਲੀ ਲੱਗਣ ਲੱਗ ਪੈਂਦਾ ਸਮੇਂ ਦੀ ਪਛਾਣ ਮੁੱਕ ਜਾਂਦੀ ਹੈ ਹਸਪਤਾਲਾਂ 'ਚ ਬੇਵੱਸ ਮਰੀਜ਼ ਦਰਵਾਜ਼ੇ ਵਾਲੀ ਵੇਖਦੇ ਰਹਿੰਦੇ ਐ ਪਤਾ ਹੁੰਦਾ ਹੈ ਕਰੋਨਾਸ਼ਤਾ 8 ਵਜੇ ਆਏਗਾ ਪਰ ਉਹ ਸਵੇਰੇ 6 ਵਜੇ ਉਡੀਕਣ ਲੱਗ ਪੈਂਦੇ ਐ ਇੱਕ ਘਰ 'ਚ ਨਾਲ ਦੇ ਕਮਰੇ 'ਚ ਸੌਣ ਲੱਗਿਆ ਪਿਤਾ ਦੀ ਸੰਭਾਲ 'ਚ ਨਿਰੰਤਰ ਰੁੱਝੇ ਅਨੀਂਦਰੇ ਦੇ ਸ਼ਿਕਾਰ ਪੁੱਤਰ ਨੇ ਮੁਥਾਜ ਪਿਤਾ ਨੂੰ ਕਿਹਾ ਜੇ ਲੋੜ ਪਵੇ ਤਾਂ ਬੁਲਾ ਲੈਣਾ ਸਮੇਂ ਦੀ ਸੋਝੀ ਨਾ ਰਹਿਣ ਕਾਰਨ ਪਿਤਾ ਹਰ 5 ਮਿੰਟ ਮਗਰੋਂ ਤੇ ਕਈ ਵਾਰੀ ਕੇਵਲ ਵਕਤ ਪੁੱਛਣ ਵਾਸਤੇ ਪੁੱਤਰ ਨੂੰ ਬੁਲਾਉਣ ਤੇ ਪਰੇਸ਼ਾਨ ਕਰਨ ਲੱਗ ਪਤਨੀ ਦੀ ਮੌਤ ਤੋਂ ਪ੍ਰੰਤ ਇੱਕ ਪੁਰਸ਼ ਅੱਧੀ ਰਾਤ ਵੇਲੇ ਆਪਣੀ ਧੀ ਨੂੰ ਫੋਨ ਕਰਕੇ ਰੋਜ਼ ਕਹਿਣ ਲੱਗ ਪਿਆ ਕਿ ਤੇਰੀ ਮਾਂ ਦੀ ਯਾਦ ਆ ਰਹੀ ਹੈ ਅੱਕ ਕੇ ਧੀ ਨੇ ਕਿਹਾ ਪਿਤਾ ਜੀ ਜੇ ਤੁਸੀਂ ਐਵੇਂ ਫੋਨ ਕਰਦੇ ਰਹੇ ਤਾਂ ਮੇਰਾ ਵਿਆਹ ਟੁੱਟ ਜਾਏਗਾ ਜੇ ਬਿਮਾਰੀ ਬੇਵਸੀ ਜਾਂ ਮੁੱਠਾਜੀ ਦਾ ਕੋਈ ਹੱਲ ਨਿਕਲਦਾ ਨਾ ਦਿਸੇ ਤਾਂ ਦੇਖਭਾਲ ਕਰਨ ਤੇ ਕਰਾਉਣ ਵਾਲਾ ਦੋਵੇਂ ਅੱਕ ਥੱਕ ਜਾਂਦੇ ਆ ਸੇਵਾ ਕਰਾਉਣ ਵਾਲਿਆਂ ਦੀਆਂ ਆਪਣੀਆਂ ਮਾਨਸਿਕ ਸਮੱਸਿਆਵਾਂ ਦੀ ਵੀ ਸੇਵਾ ਕਰਨ ਵਾਲਿਆਂ ਦੇ ਸੰਤੁਲਨ ਨੂੰ ਵਿਗਾੜ ਦਿੰਦੀਆਂ। ਇੱਕ ਵਿਧਵਾ ਨੂੰ ਆਪਣੀ ਮੁਥਾਜ ਸੱਸ ਦੇ ਸਾਰੇ ਕੰਮ ਕਰਕੇ ਨੌਕਰਾਨੀ ਘਰ ਛੱਡ ਕੇ ਕੰਮ ਤੇ ਜਾਂਦੀ ਸੀ ਪਰ ਵਾਪਸ ਆਉਣ ਤੇ ਸੱਸ ਨੌਕਰਾਨੀ ਨਾਲ ਲੜ ਚੁੱਕੀ ਹੁੰਦੀ ਸੀ ਤੇ ਜ਼ਿੱਦ ਫੜ ਲੈਂਦੀ ਸੀ ਕਿ ਇਸ ਨੌਕਰਾਨੀ ਨੂੰ ਹਟਾਇਆ ਜਾਵੇ। ਐਵੇਂ ਉਹ ਸੱਸ ਲਗਭਗ ਹਰ ਰੋਜ਼ ਆਪਣੇ ਨੂੰਹ ਨੂੰ ਨਵੇਂ ਢੰਗ ਨਾਲ ਪਰੇਸ਼ਾਨ ਕਰਦੀ ਸੀ। ਅਕਸਰ ਮੁਤਾਜ ਵਿਅਕਤੀ ਮੰਗ ਕਰਦੇ ਆ ਕਿ ਉਹਨਾਂ ਦੀ ਦੇਖਭਾਲ ਪਤਨੀ ਜਾਂ ਨੂੰ ਪੁੱਤਰ ਹੀ ਕਰਨ ਭਾਵੇਂ ਅਜਿਹੇ ਵਿਅਕਤੀ ਦੇ ਕਈ ਧੀਆਂ ਪੁੱਤਰ ਹੁੰਦੇ ਹਨ ਪਰ ਸਾਰੀ ਜ਼ਿੰਮੇਵਾਰੀ ਕਿਸੇ ਇੱਕ ਪੁੱਤਰ ਦੇ ਸਿਰ ਪੈ ਜਾਂਦੀ ਹੈ ਜਿਸ ਦੀ ਸੇਵਾ ਦੀ ਪ੍ਰਸ਼ੰਸਾ ਨਹੀਂ ਅਲੋਚਨਾ ਹੀ ਹੋਣ ਕਾਰਨ ਅਜਿਹਾ ਵਿਅਕਤੀ ਹਰ ਵੇਲੇ ਥੱਕਿਆ ਹੋਇਆ ਰਹਿਣ ਕਰਕੇ ਆਤਮਕਾਤ ਕਰਨ ਬਾਰੇ ਵੀ ਸੋਚਣ ਲੱਗ ਪੈਂਦਾ ਹੈ ਅਜਿਹੀ ਤਰਸਯੋਗ ਹਾਲਤ ਵਿੱਚ ਸਥਿਤੀ ਨੂੰ ਸਮਝੇ ਬਿਨਾਂ ਹੀ ਰਿਸ਼ਤੇਦਾਰ ਬਜ਼ੁਰਗ ਵਿਅਕਤੀ ਦੀ ਸੇਵਾ ਕਰਨ ਦੇ ਨਵੇਂ-ਨਵੇਂ ਢੰਗ ਸੁਝਾਉਣ ਤੇ ਉਪਦੇਸ਼ ਦੇਣ ਲੱਗ ਪੈਂਦੇ ਆ ਜੇ ਬੇਵਸ ਜਾਂ ਮੋਤਾਜ ਵਿਅਕਤੀ ਆਪਣੇ ਕੱਪੜੇ ਗੰਦੇ ਕਰਨ ਲੱਗ ਪਵੇ ਤਾਂ ਇਹਨਾਂ ਕੱਪੜਿਆਂ ਨੂੰ ਧੋਣ ਵਰਗੀ ਕੋਈ ਮੁਸੀਬਤ ਤੇ ਪਰੇਸ਼ਾਨੀ ਨਹੀਂ ਹੁੰਦੀ ਅਜਿਹੀ ਹਾਲਤ ਵਿੱਚ ਦੇਖਭਾਲ ਕਰਨ ਵਾਲਿਆਂ ਨੂੰ ਆਪਣੇ ਬਿਮਾਰ ਪੈਣ ਦਾ ਡਰ ਲੱਗਿਆ ਰਹਿੰਦਾ ਹੈ ਇੱਕ ਮਰੀਜ਼ ਜਦੋਂ ਘਰ 'ਚ ਇਕੱਲਾ ਹੁੰਦਾ ਸੀ ਤਾਂ ਉਹ ਆਮਲੇਟ ਬਣਾ ਕੇ ਖਾ ਕੇ ਰਸੋਈ 'ਚ ਭਾਂਡੇ ਸਾਫ਼ ਕਰਕੇ ਪਹਿਲਾਂ ਵਾਂਗ ਰੱਖ ਦਿੰਦਾ ਸੀ ਤੇ ਫਿਰ ਪੇਟ ਖਰਾਬ ਹੋਣ ਕਾਰਨ ਸਾਰੇ ਪਰਿਵਾਰ ਨੂੰ ਮੁਸੀਬਤ ਪਾ ਦਿੰਦਾ ਸੀ ਇਹ ਤੋਂ ਵੀ ਵੱਡੀ ਮੁਸੀਬਤ ਹੁੰਦੀ ਹੈ ਹਾਲਚਾਲ ਪੁੱਛਣ ਆਿਆਂ ਦੀ ਦੇਖਭਾਲ ਕਰਨੀ ਕਿਉਂਕਿ ਪਰਿਵਾਰ ਆਰਾਮ ਦੀਆਂ ਘੜੀਆਂ ਨੂੰ ਉਡੀਕਦਾ ਹੀ ਰਹਿੰਦਾ ਹੈ ਤੇ ਜਿਹੜੀਆਂ ਆਉਂਦੀਆਂ ਹੀ ਨਹੀਂ ਉਡੀਕ ਕਰਨੀ ਆਪਣੇ ਆਪ 'ਚ ਬੜੀ ਵੱਡੀ ਬੇਵੱਸੀ ਹੁੰਦੀ ਹੈ ਕਈਆਂ ਨੂੰ ਹਰ ਕਿਸੇ ਤੇ ਹਰ ਚੀਜ਼ ਨੂੰ ਦੇਖਣਾ ਪੈਂਦਾ ਹੈ ਬਿਸਤਰੇ ਤੇ ਪਈ ਰਹਿਣ ਵਾਲੇ ਬੇਵਸ ਮੁਥਾਜ ਵਿਅਕਤੀ ਉਡੀਕ ਦੇ ਰੋਗ ਤੋਂ ਵੀ ਪੀੜਤ ਹੁੰਦੇ ਹਨ ਨਿਰੰਤਰ ਉਡੀਕਣ ਵਾਲੇ ਨੂੰ ਦਿਨ ਦਾ ਰੌਲਾ ਪਰੇਸ਼ਾਨ ਕਰਦਾ ਹੈ ਆਏ ਗਏ ਕਾਰਨ ਚਿੰਤਾ ਤੇ ਬੇਆਰਾਮੀ ਹੁੰਦੀ ਹੈ ਤੇ ਰਾਤ ਦੀ ਚੁੱਪ ਡਰਾਉਣ ਲੱਗਦੀ ਹੈ ਜੇ ਸਾਡੀ ਆਲੇ ਦੁਆਲੇ ਚ ਦਿਲਚਸਪੀ ਨਾ ਹੋਵੇ ਤਾਂ ਸਾਨੂੰ ਹਰ ਕਿਸੇ ਦੀ ਹਾਜ਼ਰੀ ਤੇ ਹਰ ਆਵਾਜ਼ ਅਕਾਉਣ ਲੱਗ ਪੈਂਦੀ ਹੈ ਉਡੀਕ ਸਾਨੂੰ ਦੂਜਿਆਂ ਦੇ ਤੋਂ ਕਮਜ਼ੋਰ ਤੇ ਨੀਵੇਂ ਹੋਣ ਦਾ ਅਹਿਸਾਸ ਕਰਾਉਂਦੀ ਹੈ ਕਿਸੇ ਦੀ ਉਡੀਕ ਕਰਦੇ ਆ ਅਸੀਂ ਉਹਦੇ ਗੁਣ ਨਹੀਂ ਔਗੁਣੇ ਗਿਣਦੇ ਆ ਜੇ ਕੋਈ ਕੁਝ ਕਹਿ ਜਾਏ ਜਿਹਦੀ ਸਮਝ ਨਾ ਪਵੇ ਤਾਂ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ ਅਜਿਹੀ ਹਾਲਤ ਵਿੱਚ ਕੁਝ ਵੀ ਜਿੱਤਣ ਹਾਰਨ ਵਾਲਾ ਨਹੀਂ ਬਚਦਾ ਇੰਜ ਲੱਗਦਾ ਜਿਵੇਂ ਸਾਡਾ ਸਭ ਕੁਝ ਜ਼ਬਤ ਹੋ ਗਿਆ ਹੋਵੇ ਇੱਕ ਇਸਤਰੀ ਦੱਸ ਰਹੀ ਸੀ 7 ਸਾਲ ਹੋ ਗਏ ਪਤੀ ਦੇ ਠੀਕ ਹੋਣ ਦੀ ਉਡੀਕ ਕਰਦੇ ਆ ਦਫ਼ਤਰ 'ਚ ਟੈਲੀਫੋਨ ਕਰਨ ਦੀ ਆਗਿਆ ਨਹੀਂ ਉਡੀਕਦੀ ਰਹਿਣੀ ਆ ਅਫਸਰ ਗੁਸਲਖਾਨੇ ਜਾਏ ਤੇ ਮੈਂ ਟੈਲੀਫੋਨ ਕਰਕੇ ਹਾਲ ਪੁੱਛ ਲਵਾਂ ਦਫਤਰ ਛਾਰ ਵੇਲੇ ਕੰਮ ਕਰੂ ਕੰਮ ਕਰੂ ਹੁੰਦੀ ਰਹਿੰਦੀ ਐ ਕਿਵੇਂ ਦੱਸਾਂ ਕਿ ਜੇ ਮੈਂ ਟੈਲੀਫੋਨ ਕਰਕੇ ਚਿੰਤਾ ਮੁਕਤ ਹੋ ਜਾਵਾਂ ਤਾਂ ਮੈਂ ਵਧੇਰੇ ਕੰਮ ਕਰ ਸਕਦੀ ਆ ਉਹ ਢੀ ਕਵਾਂਗੀ ਵੇਲ ਬੜੀ ਵੱਡੀ ਬੇਵੱਸੀ ਐ ਵੇਲਾ ਸਮਾਂ ਤਾਂ ਹੀ ਚੰਗਾ ਲੱਗਦਾ ਜੇ ਉਹਦੀ ਮਿਆਦ ਹੋਵੇ ਨਹੀਂ ਤਾਂ ਬੇਹਿਸਾਬ ਆਰਾਮ ਹੀ ਥਕਾ ਦਿੰਦਾ ਵੇਲੇ ਹੁਣ ਤੇ ਪਤਾ ਲੱਗਦਾ ਹੈ ਕਿ ਦੁਕਾਨ ਤੇ ਜਾਂ ਦਫਤਰ ਜਾਣਾ ਜਾਂ ਬੱਚੇ ਪਾਲਨੇ ਅਕਾਊ ਹੋਣ ਦੇ ਬਾਵਜੂਦ ਸੌਖੇ ਕੰਮ ਹੁੰਦੇ ਐ ਪਰ ਹਰ ਰੋਜ਼ ਆਪਣੇ ਲਈ ਨਵਾਂ ਰੁਝੇਵਾਂ ਲੱਭਣਾ ਬੜਾ ਔਖਾ ਹੁੰਦਾ ਹੈ ਜੇ ਛੁੱਟੀ ਉਡੀਕਣ ਮਗਰੋਂ ਆਵੇ ਤਾਂ ਹੀ ਚੰਗੀ ਲੱਗਦੀ ਹੈ ਫਿਰ ਜੇ ਹਰ ਰੋਜ਼ ਛੁੱਟੀ ਹੋਵੇ ਤਾਂ ਹੀ ਬੋਝ ਬਣ ਜਾਂਦੀ ਹੈ ਧੰਨਵਾਦ ਚੱਲਦਾ